ਮੋਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ, ਜਿਹਦੇ ਵਿੱਚ ਮੋਹਾਲੀ ਦੀ ਸਪੈਸ਼ਲ ਸੈੱਲ ਨੇ ਇੱਕ ਵੱਡੇ ਗੈਂਗ ਨੂੰ, ਇੰਟਰਨੈਸ਼ਨਲ ਕਹਿ ਸਕਦੇ ਕਿ ਲਗਜ਼ਰੀ ਕਾਰ ਚੋਰ ਗਰੋਹ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਸੀਗਾ, ਇਹਦੇ ਵਿੱਚ ਦੋ ਕਾਬੂ ਕੀਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਇਹ ਲਗਜ਼ਰੀ ਗੱਡੀਆਂ ਉਹ ਚੋਰੀ ਕਰਦੇ ਸੀਗੇ, ਤੁਹਾਨੂੰ ਦੱਸ ਦਈਏ ਕਿ ਇਹ ਲਗਜ਼ਰੀ ਗੱਡੀਆਂ ਚੋਰੀ ਕਰਕੇ ਅੱਗੇ ਜਿਹੜੇ ਹੈਗੇ ਉਹ ਵੇਚਦੇ ਸੀਗੇ, ਔਰ ਬੜੇ ਸ਼ਾਤਿਰ ਤਰੀਕੇ ਦੇ ਨਾਲ ਕਿਸ ਤਰ੍ਹਾਂ ਇਹ ਟੈਂਪਰਿੰਗ ਕਰਦੇ ਸੀਗੇ ਗੱਡੀਆਂ ਦੀ, ਔਰ ਉਸ ਤੋਂ ਬਾਅਦ ਇਹ ਅੱਗੇ ਕਹਿ ਸਕਦੇ ਨਾਗਾਲੈਂਡ ਜਾਂ ਈਸਟ ਸਾਈਡ ਜਿਹੜਾ ਉਹ ਸੇਲ ਕਰਦੇ ਸੀਗੇ, ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ, ਹੁਣ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਜਾਣਕਾਰੀ ਜਿਹੜੀ ਹੈ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇਹ ਪੂਰੀ ਜਿਹੜੀ ਹੈਗੀ ਹੈ ਸ਼ਾਤਿਰ ਤਰੀਕੇ ਦੇ ਨਾਲ ਚੋਰੀ ਕਰਦੇ ਸੀ। ਸਰ, ਇਹ ਹੁਣ ਤੱਕ ਦੇ ਇਨਵੈਸਟੀਗੇਸ਼ਨ 'ਚ ਕੀ ਆਇਆ ਅਤੇ ਹੁਣ ਤੱਕ ਕੀ ਚੀਜ਼ਾਂ ਜਿਹੜੀ ਹੈ ਟਰੇਸ ਹੋਈ? ਰਾਜ ਸਾਹਿਬ, ਇਹ ਇੱਕ ਅੰਤਰਰਾਜੀ ਚਾਰ ਕਾਰ ਗਰੋਹ ਗੈਂਗ ਹੈਗਾ, ਜਿਹੜਾ ਕਿ ਨੌਰਥ ਇੰਡੀਅਨ ਸਟੇਟਸ ਦੇ ਵਿੱਚ ਓਪਰੇਟ ਕਰ ਰਿਹਾ ਸੀਗਾ, ਔਰ ਪਿਛਲੇ ਕਾਫੀ ਟਾਈਮ ਤੋਂ ਇਹ ਜਿਹੜਾ ਐਕਟਿਵ ਸੀਗਾ। ਔਰ ਸਾਡੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਰੀਆਂ ਗੱਡੀਆਂ ਨੌਰਥ ਈਸਟ ਦੇ ਵਿੱਚ ਵਿਕਦੀਆਂ ਸੀਗੀਆਂ, ਔਰ 400 ਦੇ ਕਰੀਬ ਇਹ ਗੱਡੀਆਂ ਜਿਹੜੀਆਂ ਨੇ ਨੌਰਥ ਈਸਟ ਸਟੇਟ ਨਾਰਦਰਨ ਸਟੇਟਸ ਤੋਂ ਖਰੀਦ ਕੇ ਨੌਰਥ ਈਸਟ ਸਟੇਟਸ ਵਿੱਚ ਵੇਚੀਆਂ ਗਈਆਂ। ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ ਕਿੰਨੇ ਦਿਨਾਂ ਤੋਂ ਐਕਟਿਵ ਸੀ ਸਰ? ਇਹ ਪਿਛਲੇ 5-6 ਸਾਲ ਤੋਂ ਐਕਟਿਵ ਸੀਗੀ, ਔਰ ਇਹਨਾਂ ਦਾ ਜਿਹੜਾ ਮੋਡਸ ਆਪਰੈਂਡੀ ਇਹ ਸੀਗਾ ਕਿ ਟੋਟਲ ਲੌਸ ਗੱਡੀਆਂ ਜਿਹੜੀਆਂ ਖਰੀਦਦੇ ਸੀਗੇ, ਔਰ ਬਾਅਦ 'ਚ ਉਹਨਾਂ ਦੇ ਕ੍ਰੈਡੈਂਸ਼ੀਅਲ ਯੂਜ ਕਰਕੇ ਚੋਰੀ ਉਸੇ ਮਾਡਲ ਦੀਆਂ ਗੱਡੀਆਂ ਚੋਰੀ ਕਰਦੇ ਸੀਗੇ, ਔਰ ਫਰਦਰ ਜਿਹੜੀਆਂ ਨੇ ਉਹਨਾਂ ਨੂੰ ਨਵੇਂ ਜਿਹੜੇ ਕ੍ਰੈਡੈਂਸ਼ੀਅਲ ਦੇ ਉੱਤੇ ਜਿਹੜਾ ਨਾਰਥ ਈਸਟ ਸਟੇਟਸ ਦੇ ਵਿੱਚ ਵੇਚਦੇ ਸੀ। ਸਰ, ਮੋਸਟਲੀ ਗੱਡੀਆਂ ਕਿੱਥੋਂ ਚੋਰੀ ਹੋਈਆਂ ਜਿਹੜੀ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ? ਇਹਨੇ ਦੀ ਜਿਹੜੀ ਕ੍ਰਾਈਮ ਹਿਸਟਰੀ ਵੇਖਦੇ ਹਾਂ ਦੋਵਾਂ ਦੀ, ਪੰਜਾਬ, ਹਰਿਆਣਾ, ਦਿੱਲੀ ਔਰ ਯੂਪੀ, ਇਹ ਜਿਹੜੇ ਮੇਨ ਇਹਨਾਂ ਦੇ ਟਾਰਗੇਟ ਏਰੀਆ ਸੀਗੇ। ਠੀਕ ਹੈ ਸਰ, ਇੱਕ ਹੋਰ ਨਾਂ ਆ ਰਿਹਾ ਨਾਗਾਲੈਂਡ ਦਾ, ਇਹ ਕਿੰਨਾ ਇੰਨਾ ਵੱਡਾ ਇਹਨਾਂ ਦਾ ਨੈਕਸਸ ਸੀਗਾ ਕਿ ਜਿਹੜੇ ਹੈਗੇ ਬਾਹਰ? ਨਾਗਾਲੈਂਡ ਦਾ ਦੀਮਾਪੁਰ ਦਾ ਜਿਹੜਾ ਇਹਨਾਂ ਦਾ ਮੇਨ ਜਿਹੜਾ ਸਰਗਨਾ ਉੱਥੋਂ ਦਾ ਹੈ, ਔਰ ਉਹਦੇ ਥਰੂ ਹੀ ਜਿਹੜੀਆਂ ਨਾਰਥ ਈਸਟ ਸਟੇਟਸ ਦੇ ਵਿੱਚ ਸਾਰੀਆਂ ਗੱਡੀਆਂ ਵੇਚੀਆਂ ਨੇ। ਆਪਣੀ ਗੱਡੀਆਂ ਕਿੰਨੀ ਕੁ ਆਈਡੈਂਟੀਫਾਈ ਕੀਤੀ? ਜਦੋਂ ਤੁਸੀਂ ਕਿਹਾ 400 ਤੋਂ ਵੀ ਪਾਰ ਜਿਹੜੀ ਗੱਡੀਆਂ ਇਹਨਾਂ ਨੇ? 77 ਗੱਡੀਆਂ ਅਸੀਂ ਇਹਨਾਂ ਦੀ ਪੁੱਛਗਿੱਛ ਤੋਂ ਈਅਰਮਾਰਕ ਕੀਤੀਆਂ, ਜਿਸ 'ਚੋਂ 9 ਗੱਡੀਆਂ ਰਿਕਵਰ ਹੋ ਗਈਆਂ, ਔਰ ਸਾਡੀਆਂ ਟੀਮਸ ਅਜੇ ਵੀ ਰੇਡਸ ਕਰ ਰਹੀਆਂ ਤੇ ਸਾਰੀਆਂ ਗੱਡੀਆਂ ਰਿਕਵਰ ਕੀਤੀਆਂ। ਸਰ, ਇਹ ਗੱਡੀਆਂ ਕਿਸੇ ਕੋਈ ਉੱਥੇ ਲਾਇਆ ਹੋਇਆ ਸੀਗਾ, ਕਿਸ ਤਰ੍ਹਾਂ ਦਾ ਕੋਈ ਗੋਡਾਊਨ ਟਾਈਪ ਹੈ ਉੱਥੇ ਰੱਖੇ? ਨਹੀਂ, ਇਹ ਗੱਡੀਆਂ ਸਾਰੀਆਂ ਜਿਹੜੀਆਂ ਨੇ ਜਿੱਥੋਂ ਵੇਚੀਆਂ ਗਈਆਂ ਸੀ ਉੱਥੋਂ ਰਿਕਵਰ ਕੀਤੀਆਂ ਗਈਆਂ ਨੇ, ਔਰ ਨਾਰਥ ਨਾਰਦਰਨ ਸਟੇਟਸ ਤੋਂ ਸਾਰੀਆਂ ਰਿਕਵਰ ਕੀਤੀਆਂ ਗਈਆਂ। ਠੀਕ ਹੈ, ਤੇ ਬਿਲਕੁਲ ਜਿੱਦਾਂ DSP ਗੁਰਸ਼ੇਰ ਸੰਧੂ ਸਪੈਸ਼ਲ ਸੈੱਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹ ਬੜੇ ਸ਼ਾਤਿਰ ਤਰੀਕੇ ਦੇ ਨਾਲ ਟੋਟਲ ਲਾਸ ਗੱਡੀ ਲੈਂਦੇ ਸੀ, ਔਰ ਟੋਟਲੀ ਲਗਜ਼ਰੀ ਗੱਡੀਆਂ। ਤਸਵੀਰਾਂ ਤੁਸੀਂ ਵੇਖੋ ਕਿ ਦੱਸਿਆ ਜਾ ਰਿਹਾ ਰੋਹਤਕ ਦੇ ਰਹਿਣ ਵਾਲੇ ਹੈ, ਇੱਕ ਰਮੇਸ਼ ਤੇ ਇੱਕ ਦੱਸਿਆ ਜਾ ਰਿਹਾ ਹੈ ਕਿ ਇੱਕ ਉਹਦਾ ਸਾਥੀ ਜਿਹੜਾ ਉਹ, ਔਰ ਇਹ ਗੱਡੀਆਂ ਨੇ ਜਿਨ੍ਹਾਂ ਨੂੰ ਇਹ ਪਹਿਲਾਂ ਚੋਰੀ ਹੁੰਦੀ ਸੀ, ਚੋਰੀ ਕਰਕੇ ਫਿਰ ਇਹ ਗੱਡੀਆਂ ਤੇ ਜਿਹੜੀ ਟੋਟਲ ਲਾਸ ਗੱਡੀਆਂ ਹੁੰਦੀ ਸੇਮ ਗੱਡੀਆਂ, ਜਿੱਦਾਂ ਇੱਕ ਕ੍ਰਿਸਟਾ ਹੈ ਟੋਟਲ ਲਾਸ ਕ੍ਰਿਸਟਾ ਇਸੇ ਮਾਡਲ ਦੀ ਲੈ ਲਈ, ਤੇ ਇਹ ਚੋਰੀ ਕਰਕੇ ਗੱਡੀ ਉਸ ਦੀ RC ਜਿਹੜੀ ਹੈ ਉਹ ਟੈਂਪਰ ਕਰਕੇ ਉਸੇ ਦਾ ਨੰਬਰ ਲਾ ਕੇ ਇਹ ਅੱਗੇ ਵੇਚਦੇ ਸੀਗੇ। ਹਾਲਾਂਕਿ ਇਹ ਬਾਹਰ ਨਾਗਾਲੈਂਡ ਜਾਂ ਫਿਰ ਅੱਗੇ ਜਿਹੜਾ ਹੈਗਾ ਉੱਥੇ ਹੋਰ ਇੱਕ ਨੈਕਸਸ ਸਾਹਮਣੇ ਆਇਆ ਕਿ ਇਹਨਾਂ ਦਾ ਇੱਕ ਹੋਰ ਸਾਥੀ ਹੈ ਨਾਗਾਲੈਂਡ ਦਾ, ਜਿਹਦੇ ਮਦਦ ਨਾਲ ਇਹ ਪੂਰੀ ਗੱਡੀਆਂ ਨੂੰ ਅੱਗੇ ਵੇਚਦੇ ਸੀਗੇ, ਔਰ ਮਾਰਕੀਟ ਰੇਟ ਤੋਂ ਘੱਟ ਜਿਹੜਾ ਹੈ ਉਹ ਰੇਟ ਵੇਚਦੇ ਸੀਗੇ। ਇੱਥੇ ਇਹ ਗੱਡੀ ਵੇਚਣ ਆਏ ਸੀ ਫਾਰਚੂਨਰ ਗੱਡੀ, ਜਦ ਇਸ ਕਿਸੇ ਨੂੰ ਸ਼ੱਕ ਹੋਇਆ ਜਿਹੜਾ ਪਰਚੇਜ਼ਰ ਸੀ ਉਹਨੇ ਪੁਲਿਸ ਨੂੰ ਇਨਫੋਰਮ ਕੀਤਾ। ਲੇਕਿਨ ਇਹਦੇ 'ਚ ਦੇਖੋ ਮੋਡਸ ਓਪਰੈਂਡੀ ਕੀ ਹੁੰਦੀ ਹੈ ਇਹਨਾਂ ਦੀ, ਇਹ ਮੋਡਸ ਓਪਰੈਂਡੀ ਇਹ ਹੁੰਦੀ ਹੈ ਕਿ ਗੱਡੀ ਕਿਸੇ ਵੀ ਟੋਟਲ ਲਾਸ ਦੀ ਗੱਡੀ ਤੁਸੀਂ ਲੈ ਲਈ, ਉਸ ਨੂੰ ਤੁਸੀਂ ਡਿਸਮੈਂਟਲ ਕਰਤਾ ਅਤੇ ਉਹਦੀ ਜਿਹੜੀ RC ਹੈ ਉਹਦੇ ਜਿਹੜੇ ਡਾਕੂਮੈਂਟਸ ਹੈ ਉਹ ਤੁਸੀਂ ਰੱਖ ਲਏ, ਔਰ ਉਸੇ ਹਿਸਾਬ ਦੀ ਪੂਰੀ ਉਸੀ ਮਾਡਲ ਦੀ ਗੱਡੀ ਤੁਸੀਂ ਚੋਰੀ ਕੀਤੀ, ਔਰ ਚੋਰੀ ਕਰਨ ਤੋਂ ਬਾਅਦ ਇਹਦੇ ਵਿੱਚ ਉਸ ਗੱਡੀ ਨੂੰ ਜਿਹੜਾ ਉਹ ਸੇਲ ਆਊਟ ਕਰਤਾ। ਇਹ ਮੋਡਸ ਓਪਰੈਂਡੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ, ਜਿਹੜੀ ਹੁਣ ਤੱਕ ਦੀ ਪੁਲਿਸ ਇਨਵੈਸਟੀਗੇਸ਼ਨ 'ਚ ਆਇਆ ਕਿ ਕਈ ਚੀਜ਼ਾਂ ਦਾ ਜਿਹੜਾ ਖੁਲਾਸਾ ਹੁਣ ਪੁਲਿਸ ਕਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕਿਸ ਤਰ੍ਹਾਂ ਇਹ ਪੂਰੀ ਜਿਹੜੀ ਹੈਗੀ ਹੈ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ, ਅਤੇ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹ ਦੋ ਜਿਹੜੇ ਮਾਸਟਰ ਮਾਈਂਡ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ, ਕਿਸ ਤਰ੍ਹਾਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ, ਕਿੱਥੇ ਕਿੱਥੇ ਇਹਨਾਂ ਨੇ ਗੱਡੀਆਂ ਵੇਚੀ, 400 ਤੋਂ ਵੀ ਜ਼ਿਆਦਾ ਲਗਜ਼ਰੀ ਗੱਡੀਆਂ ਜਿਹਦੇ ਵਿੱਚ ਰੇਂਜ ਰੋਵਰ, ਕ੍ਰਿਸਟਾ, ਫਾਰਚੂਨਰ,
ਇਨੋਵਾ, ਕਰੇਟਾ, ਹੋਰ ਜਿਹੜੀ ਗੱਡੀਆਂ ਨੇ ਕਾਫੀ ਲਗਜ਼ਰੀ ਗੱਡੀਆਂ ਜਿਹੜੀਆਂ ਉਹ ਵੇਚਦੇ ਸੀ। ਹਰਿਆਣਾ ਦੀ ਅਸੀਂ ਗੱਲ ਕਰ ਲਈਏ, ਯੂਪੀ ਦੀ ਅਸੀਂ ਗੱਲ ਕਰ ਲਈਏ, ਦਿੱਲੀ ਦੀ ਅਸੀਂ ਗੱਲ ਕਰ ਲਈਏ, ਕਈ ਥਾਵਾਂ ਤੋਂ ਇਹ ਗੱਡੀਆਂ ਚੋਰੀ ਜਿਹੜੀ ਚੋਰੀ ਦੀ ਗੱਡੀਆਂ ਹੁੰਦੀਆਂ ਉਹਨਾਂ ਨੂੰ ਅੱਗੇ ਵੇਚਦੇ ਸੀਗੇ। ਉਹ ਫੇਕ ਨੰਬਰ ਜਿਹੜਾ ਹੈਗਾ, ਇਹ ਸਾਰੀ ਗੱਡੀਆਂ ਤੇ ਫੇਕ ਨੰਬਰ ਲੱਗਿਆ ਹੋਇਆ, ਕਿਸੇ ਦਾ HR 11, HR 48, ਅਪਲਾਈ ਫੋਰ ਵੀ ਗੱਡੀਆਂ ਇਹਨਾਂ ਦੇ ਕੋਲ ਜਿਹੜੀ ਨਵੀਂ ਬ੍ਰਾਂਡ ਨਿਊ, ਜਿਹਨਾਂ ਦਾ ਨੰਬਰ ਵੀ ਨਹੀਂ ਹੁੰਦਾ ਸੀ, ਉਹ ਵੀ ਗੱਡੀਆਂ ਜਿਹੜੀ ਹੈ ਇਹਨਾਂ ਨੇ ਚੋਰੀ ਕਰਨ ਤੋਂ ਬਾਅਦ ਉਹਨਾਂ ਤੇ ਫੇਕ ਨੰਬਰ ਲਾ ਕੇ ਇਹਨਾਂ ਨੇ ਵੇਚੀ। ਇਹ ਫੋਰਚੂਨਰ ਬਿਲਕੁਲ ਟੌਪ ਮਾਡਲ ਹੈ, ਇਹ ਵੀ ਚੋਰੀ ਦੀ ਗੱਡੀ ਹੈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਹੋਰ ਕਿਸ ਤਰ੍ਹਾਂ ਇਹਨਾਂ ਨੇ ਇਹ ਲੋਕਾਂ ਦਾ ਨਾਲ ਠੱਗੀ ਕੀਤੀ, ਕਿਸ ਤਰ੍ਹਾਂ ਇਹਨਾਂ ਨੇ ਹੋਰ ਵੀ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ।